ਅਸਲਾਮ ਵਾਲੇਕੁਮ। ਹਾਂਜੀ, ਸੁਣਾਓ ਕੀ ਹਾਲ ਹੈ? ਠੀਕ ਹੋ? ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਤੇ ਸਾਡਾ ਅੱਜ ਰੋਡ ਟ੍ਰਿਪ ਸਟਾਰਟ ਹੋ ਗਿਆ। ਆਲਦੀ ਕੜੀ ਤੇ ਅਸੀਂ ਜਾਂਦੇ ਪਏ ਆ। ਮੈਂ ਆ ਅਹਿਮਦ ਹੈ ਤੇ ਅਮਜ਼ਾ ਹੈ। ਅਸੀਂ ਇੱਕ ਬਾਈਕ ਤੇ ਜਿਹੜਾ ਹੈ ਨਾ, ਫੁੱਲ ਚੈਲੰਜ ਵੀਡੀਓ ਹੈ ਸਮਝੋ ਵਾਲੀ ਸਾਡੇ ਵਾਸਤੇ। ਅਸੀਂ ਹੁਣ ਇਥੋਂ ਜਾਣਾ ਹੈ, ਪਹਿਲੇ ਮੀਰਪੁਰ ਜਾਣਾ ਹੈ। ਤੇ ਜਿਹੜਾ ਹੈ ਨਾ, ਨਾਲ ਦੀ ਨਾਲ ਤੁਹਾਨੂੰ ਦੱਸਦੇ ਜਾਵਾਂਗੇ ਕਿ ਕਿਤੇ ਕਿਤੇ ਸਾਡੀ ਸਲਾਹ ਬਣਦੀ ਹੈ। ਸਾਡਾ ਪਹਿਲਾ ਸਟਾਪ ਜਿਹੜਾ ਹੋਏਗਾ ਨਾ, ਇਨਸ਼ਾਅੱਲਾ ਇਨਸ਼ਾਅੱਲਾ ਉਹ ਸਾਡਾ ਮੀਰਪੁਰ ਦਾ ਹੋਵੇਗਾ। ਬਾਕੀ ਫਿਰ ਅੱਗੂ ਤੁਹਾਨੂੰ ਦੱਸਾਂਗੇ ਕਿ ਅੱਗੇ ਅਸੀਂ ਕਿਹੜੀ ਸਾਈਡ ਤੇ ਜਾਣਾ ਹੈ। ਜਿਤਨਾ ਕੁ ਹੋ ਸਕਿਆ ਤੁਹਾਡੇ ਨਾਲ ਸ਼ੁਗਲ ਮੇਲਾ ਲਾਵਾਂਗੇ, ਤੁਹਾਨੂੰ ਨਾਲੇ ਦਿਖਾਉਂਦੇ ਹਾਂ। ਸਾਨੂੰ ਬਸ ਦੁਆਵਾਂ ਯਾਦ ਰੱਖੀ ਰੱਖਣਾ ਹੈ ਤੇ ਸਾਨੂੰ ਨਾਲੇ ਸੁਜੈਸਟ ਕਰਦੇ ਰਹਿਆ ਕਰੋ ਕਿ ਕਿਹੜੀ ਕਿਹੜੀ ਜਗ੍ਹਾ ਤੇ ਅਸੀਂ ਜਾਈਏ। ਠੀਕ ਹੈ? ਇਸ ਵਕਤ ਵੇਖੋ ਨਾ, ਸਾਰੇ ਜਨਾਬ ਪੈਂਟਾਂ ਸ਼ੰਟਾਂ ਪਾਈਆਂ ਨੇ। ਮੈਂ ਤਾਂ ਮਾਹੌਲ ਬਣਾਇਆ ਹੈ, ਮਾਹੌਲ ਬਣਾਇਆ ਹੈ। ਤੇ ਹੁਣ ਪਾਣੀ ਪੀਣੇ ਵਾਸਤੇ ਰੁਕੇ ਆ, ਤੇ ਇਹ ਹਿਸਾਬ ਲਗਾ ਲਓ ਕਿ 70 ਹੈ, ਇੰਨਾ ਸਮਾਨ ਹੈ, ਤੇ ਇਹ ਅਸੀਂ 3 ਬੰਦੇ ਆ। ਇਹ ਮੈਨੂੰ ਇਨਕਲੂਡ ਕਰ ਲਿਓ ਨਾ। ਇਸ ਤਰ੍ਹਾਂ ਤੁਹਾਨੂੰ ਪਤਾ ਹੈ, ਤੁਸੀਂ ਪਿਛਲੀ ਵੀਡੀਓ ਵੀ ਦੇਖਿਆ ਹੋਣੀਆਂ ਨੇ ਕਿ ਅਸੀਂ ਇੱਥੋਂ ਜਿਹੜਾ ਹੈ ਨਾ, ਇੱਧਰ ਹੋ ਗਏ ਸਾਂ ਖਾਰੀਆਂ ਵਾਲੇ ਰੋਡ ਤੇ। ਹੁਣ ਅਸੀਂ ਇਹ ਜਾ ਰਹੇ ਹਾਂ ਸਰਾਏ ਆਲਮਗੀਰ ਇਹ ਰੋਡ ਤੇ। ਹੁਣ ਅਸਲ ਸਫ਼ਰ ਜਿਹੜਾ ਤੁਹਾਨੂੰ ਦਿਖਾਵਾਂਗੇ, ਕਿਉਂਕਿ ਇਹ ਜਿਹੜਾ ਸਫ਼ਰ ਤੁਸੀਂ ਪਿੱਛੇ ਅਗਰ ਸਾਡੀਆਂ ਸੀਰੀਜ਼ ਵੇਖੀ ਹੋਣੀ ਨਾ, ਪੂਰੀ ਸੀਰੀਜ਼ ਹੈ ਉਹਦੇ ਤੁਹਾਨੂੰ ਅਸੀਂ ਦਿਖਾਇਆ। ਹੁਣ ਇਨਸ਼ਾਅੱਲਾ ਜਿਤਨਾ ਕੁ ਹੋ ਸਕੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਅਸੀਂ ਹੁਣ ਜਿਹੜਾ ਨਾ, ਰਸੂਲ ਕਾਲਜ ਜਿਹੜਾ ਹੈ ਨਾ, ਉਹਦੇ ਕੋਲੋਂ ਅਸੀਂ ਗੁਜ਼ਰਦੇ ਪਿਆ। ਫਿਰ ਸਾਹਮਣੇ ਜਿਹੜਾ ਨਾ ਰਸੂਲ ਪਿੰਡ ਜੇ ਸਾਡੇ ਜਵਾਨ ਨੂੰ ਖੜੇ ਹੋਏ। ਮੈਂ ਕਿਹਾ ਤੁਹਾਨੂੰ ਜਿਹੜਾ ਹੈ ਨਾ ਦਿਖਾਉਂਦਾ ਵੀ ਚੱਲਾਂ ਨਾ, ਤੁਹਾਡੀ ਵੀ ਜਿਹੜਾ ਹੈ ਨਾ ਯਾਦ ਤਾਜ਼ਾ ਕਰਾਂ, ਜਿਹੜੇ ਸਾਨੂੰ ਬਾਹਰੋਂ ਪੇ ਵੇਖਦੇ ਹੋ, ਜਿਹੜੇ ਇੱਥੋਂ ਪੇ ਵੇਖਦੇ ਹੋ, ਉਹਨਾਂ ਤੇ ਫਿਰ ਪਤਾ ਲੱਗ ਹੀ ਗਿਆ ਹੋਣਾ। ਜਨਾਬ ਸਾਡੇ ਖੱਬੀ ਸਾਈਡ ਤੇ ਦਰਿਆ ਏ, ਇਹ ਸਾਰਾ ਪਹਿਲੀ ਸਾਈਡ ਤੇ ਨਹਿਰ ਏ। ਯਾਨੀ ਕਿ ਅਸੀਂ ਹੁਣ ਜਿਹੜਾ ਨਾ ਪਾਣੀ ਦੇ ਵਿਚਕਾਰ ਚੱਲਦੇ ਜਾਂਦੇ ਪਏ ਹਾਂ। ਇੱਕ ਸਾਈਡ ਤੇ ਨਹਿਰ ਹੈ ਤੇ ਇੱਕ ਸਾਈਡ ਤੇ ਦਰਿਆ। ਇਹ ਸ਼ਹਿਰ ਜਿਹੜਾ ਹੈ, ਪਿੰਡ ਜੇ ਕਹਿ ਲਵੋ, ਸਿੰਬਲੀ ਪਿੰਡ ਜੇ ਸ਼ਹਿਰ ਕਹਿ ਲਓ ਹੁਣ, ਕਿਉਂਕਿ ਕਾਫੀ ਵੱਡਾ ਯਾਰ ਹੈ ਯਾਰ। ਤੇ ਸਾਡੇ ਬਹੁਤ ਜ਼ਿਆਦਾ ਅਜ਼ੀਜ਼ ਸਾਡੇ ਭਾਈ, ਸਾਡੇ ਵਿਊਵਰ, ਉਹਨਾਂ ਦੇ ਜਿਹੜਾ ਹੈ ਨਾ ਨਾਨਕੇ ਕਹਿ ਲਓ ਜਾਂ ਦਾਦਕੇ ਕਹਿ ਲਵੋ, ਇੱਥੇ ਦੇ ਨੇ। ਕਈਆਂ ਦੇ ਇੱਥੇ ਨਾਨਕੇ ਵੀ ਤੇ ਕਈਆਂ ਦੇ ਦਾਦਕੇ, ਕਿਉਂਕਿ ਸਾਡੇ ਜ਼ਿਆਦਾ ਬਹੁਤ ਜ਼ਿਆਦਾ ਅਜ਼ੀਜ਼ ਜਿਹੜੇ ਹਨ ਨਾ, ਉਹ ਪਿੱਛੇ ਦੇ, ਯਾਨੀ ਕਿ ਉਹਨਾਂ ਦੇ ਨਾਨਕਾ ਪਿੰਡ ਜਿਹੜਾ ਹੈ ਨਾ, ਇਹ ਸਿੰਬਲੀ ਸ਼ਹਿਰ ਹੈ। ਠੀਕ ਹੈ ਨਾ, ਸਿੰਬਲੀ ਪਿੰਡ ਹੈ ਜਾਂ ਸ਼ਹਿਰ ਹੈ, ਤੇ ਇੱਥੇ ਦੇ ਲਓ। ਠੀਕ ਹੈ? ਤੇ ਬਾਕੀ ਯਾਰ ਤੁਸੀਂ ਆਪਣੀ ਯਾਦ ਤਾਜ਼ਾ ਕਰੋ, ਜੇਕਰ ਸਾਨੂੰ ਸਿੰਬਲੀ ਵਾਲੇ ਵੇਖਦੇ ਪਏ ਹੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਹਾਜ਼ਰੀ ਲਗਵਾਓ। ਅਸੀਂ ਹੁਣ ਸਰਾਏ ਆਲਮਗੀਰ ਪਹੁੰਚ ਆਏ ਹਾਂ। ਉੱਥੋਂ ਜਿਹੜਾ ਹੈ ਨਾ ਰੋਡ ਗੁਜ਼ਰਦਾ ਪਿਆ ਨਾ ਸਾਹਮਣਾ, ਉਹਦੇ GT ਰੋਡ ਹੈ। ਇਸ ਵਕਤ ਥੋੜ੍ਹੇ ਜਿਹਾ ਸਟੇ ਲਿਆ, ਕਿਉਂਕਿ ਆਖਿਆ ਕਿ ਪਾਣੀ ਪੀ ਲਵੀਏ। ਤੇ ਫਾਟਕ ਕੋਲ ਖਲੋਤੇ ਹਾਂ, ਤੁਹਾਨੂੰ ਹੁਣ ਮੈਂ ਨਹਿਰ ਦਿਖਾਉਣਾ ਸਰਾਏ ਆਲਮਗੀਰ ਦੀ। ਮੈਂ ਇੱਕ ਵਾਰ ਪਾਰ ਕਰ ਲਵਾਂ ਯਾਰ, ਕਿਆ ਖੂਬਸੂਰਤ ਕ੍ਰਿਸਟਲ ਸਾਫ਼ ਪਾਣੀ, ਕ੍ਰਿਸਟਲ ਸਾਫ਼ ਜਿਹਨੂੰ ਕਹਿੰਦੇ ਹੋ ਨਾ, ਇਹ ਦੇਖੋ ਹਰਾ ਪਾਣੀ ਹੈ। ਤੇ ਆਵਾਮ ਹੈ ਸਾਹਮਣੇ ਦੇਖੋ, ਨਾਲ ਲੱਗੇ ਹੋਏ ਬੜੇ ਯਾਰ, ਖੂਬਸੂਰਤ ਖੂਬਸੂਰਤ ਯਾਰ ਪਾਣੀ ਹੈ ਇਸ ਵਕਤ। ਇਹ ਵੇਖ, ਬਜ਼ੁਰਗਾਂ ਨੇ ਆਪਣੇ ਆਪਣਾ ਜਿਹੜਾ ਨਾ ਸੀਨ ਕੀਤੇ ਆ। ਅਸੀਂ ਇਹ ਖਲੋ ਕੇ ਕਰਨਾ, ਆਖਿਆ ਕਿ ਪਾਣੀ ਜਿਹੜਾ ਹੈ ਨਾ ਪੀ ਲਵੀਏ, ਕਿਉਂਕਿ ਸਟੇ ਮਾਰਿਆ। ਤੁਹਾਨੂੰ ਫਿਰ ਪਤਾ ਕਿਤਨਾ ਸਫ਼ਰ ਹੈ ਭਲਵਾਲ ਤੂੰ, ਤੇ ਆ ਕੇ ਸਿੱਧਾ ਸਰਾਏ ਆਲਮਗੀਰ ਇੱਥੇ ਆ ਕੇ ਆਖਿਆ ਕਿ ਪਾਣੀ ਥੋੜ੍ਹਾ ਜਿਹਾ ਪੀਵੀਏ। ਯਾਰ ਬੜੇ ਚਾਸ ਦੇ ਆਉਂਦੇ ਪਏ, ਬੜੇ ਚੈੱਕ ਕਰੋ ਨਾ। ਅਸੀਂ ਸਟੇ ਮਾਰਦੇ ਗਏ ਹਾਂ ਅਤੇ ਫਾਟਕ ਵੀ ਬੰਦ ਹੋ ਗਿਆ।
ਹੁਣ ਸਾਨੂੰ ਜਿਹੜਾ ਨਾ ਸਟੇ ਕਰਨਾ ਪੈ ਗਿਆ, ਉਹ ਹੈ ਮਤਲਬ ਬੈਠੇ ਆ ਪਾਣੀ ਆ ਗਿਆ। ਥੈਂਕ ਯੂ, ਸ਼ੁਕਰੀਆ ਅੰਕਲ ਜੀ, ਅਸੀਂ ਉਹ ਅੱਗੇ ਬੈਠੇ ਪਾਣੀ 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 ਅਤੇ ਇਸ ਵਕਤ ਪਾਣੀ, ਉਸ ਤੋਂ ਬਾਅਦ ਸਰਕਾਰ ਬੰਦ ਹੋ ਗਿਆ ਫਟਕ, ਇਹ ਜਣੇ ਬੈਠੇ ਹੁੰਦੇ ਯਾਰ ਪਾਣੀ ਪੀਣਾ ਤਾਂ ਬਣਦਾ। ਮੈਂ ਇੱਕ ਵਾਰ ਯਾਰ ਬੈਠ ਕੇ ਅਹਿਮਦ ਦੇ ਕੰਮ ਚੈੱਕ ਕਰੂੰ, ਉਹਨੇ ਮੁਕਾਬ ਛੋੜਿਆ। ਕੀ ਹੋ ਰਹੀ ਸੀ, ਤੂੰ ਕੀ ਲੰਘਣੀ ਹੈ? ਰੇਲ ਗੱਡੀ ਲੰਘਿਆ ਕੀ ਹੈ? ਖਾਲੀ ਇੰਜਣ ਸਾਰਾ। ਅਸੀਂ ਇਕਲੌਤੇ ਜੀ ਰੇਲ ਗੱਡੀ ਲੰਘੇਗੀ ਤੇ ਉਹਦਾ ਬਣਾਉਂਦੇ ਹਾਂ, ਰਹਿਣ ਦਿਓ ਦਿਲ ਕੇ ਅਰਮਾਨ ਸੁਆ ਮੈਂ ਬਹਿ ਗਏ। ਹਾਂ ਸਾਈਡ ਤੇ ਯਾਰ ਤੂੰ ਸਾਡੇ ਇਲਾਕਿਆਂ ਦੇ ਵਿੱਚ ਜਨਾਬ ਉਹਨਾਂ ਦਰਖਤਾਂ ਦਾ ਬੇੜਾ ਗਰਕ ਕਰ ਦਿੱਤੇ ਕਰੋ ਖੂਬਸੂਰਤ ਯਾਰ ਪਾਣੀ ਬੜਾ ਕ੍ਰਿਸਟਲ ਸਾਫ ਹੈ ਯਾਰ, ਬੜਾ ਖੂਬਸੂਰਤ ਯਾਰ ਲੱਗਾ ਪਾਣੀ ਦਾ, ਬੜਾ ਯਾਰ ਮਜ਼ੇਦਾਰ ਲੱਗਾ ਜੀ। ਹੋਰ ਗੱਲਾਂ ਛੱਡੋ ਸਾਰੀਆਂ ਤੇ ਆ ਵੇਖੂ, ਮੈਂ ਤੁਹਾਡੇ ਇਤਕਾਰ ਰਿਹਾ ਸਭ ਪਪੂਲਰ ਦਰਖਤ ਹੈ, ਹੈ ਪਿੱਛੇ ਵੇਖਣਾ ਪੂਰਾ ਨਾ ਜਨਾਬ ਸਹੀ ਪੂਰਾ ਜੰਗਲ ਵਾਲਾ ਬਣਾਏ ਆ ਨਿਜ਼ਾਮ ਤੇ ਯਾਰ ਬੜੀ ਚੌਸੀ ਜਗ੍ਹਾ ਤੋਂ ਲੰਘਦੇ ਪਏ ਆ। ਚੈੱਕ ਕਰੋ ਯਾਰ, ਹਾਏ ਗਰਮੀ ਬੜੀ ਯਾਰ, ਆਵਾਮ ਪਿਨਾਉਂਦੀ ਆ ਜੱਗੂ ਵਾਲਾ ਅੱਡ ਜੇ ਯਾਰ, ਸਹੀ ਆਵਾਮ ਮਜ਼ੇ ਲੈ ਰਹੀ ਹੈ, ਕਿਆ ਬਾਤ ਹੈ ਸੁਭਾਨ ਅੱਲਾ ਯਾਰ। ਨਜ਼ਰ ਆਉਂਦੇ ਤੇ ਬੰਦੇ ਉਸ ਸਾਹਮਣੇ ਅਸੀਂ ਆ ਹੁਣ ਜੱਗੂ ਵਾਲਾ ਅੱਡ ਨਹੀਂ ਉਹਦੇ ਤੇ ਆਏ ਯਾਰ, ਕਿਆ ਖੂਬਸੂਰਤ ਹੈ, ਆਵਾਮ ਨਾ ਵੀ ਰਹੀ ਹੈ ਇੰਜੋਏ ਵੀ ਕਰਦੀ ਪਈ ਹੈ। ਅਸੀਂ ਤਾਂ ਫਿਰ ਹੁਣ ਅੱਗੇ ਜਾਣਾ, 2 ਮਿੰਟ ਖਲੋਤੇ ਹਾਂ, ਸਟੇ ਲਿਆ ਚੱਸ ਕੇ ਆਈ ਹੈ ਅਤੇ ਹੁਣ ਨਿਕਲਾਂਗੇ, ਚੈੱਕ ਕਰੋ ਤੁਹਾਡੇ ਸਾਹਮਣੇ ਪਾਣੀ ਦੀ ਜੇਮ ਇੱਥੇ ਅਸਲ ਹੈ, ਚੈੱਕ ਕਰੋ ਹਤਾ ਕਿਉਂ ਪਿੱਛੇ ਚਾਲ ਬਣੀ ਆ ਦੇਖ, ਇਹ ਅਸਲ ਚਾਲ ਹੈ, ਬੜਾ ਤੇਜ਼ ਪਾਣੀ ਜੋ ਰਿਹਾ ਸਰਕਾਰ। ਅਸੀਂ ਹੁਣ ਜਿਹੜਾ ਹੈ ਨਾ ਓਲੰਪਿਕ ਕ੍ਰਾਸ ਕਰਕੇ ਕਸ਼ਮੀਰ ਦੀ ਹਦੂਦ 'ਚ ਇੰਟਰ ਹੋ ਗਿਆ, ਵੈਲਕਮ ਟੂ ਕਸ਼ਮੀਰ। ਅਸੀਂ ਹੁਣ ਇਸ ਵਕਤ ਜਾਤਲਾ ਪਹੁੰਚ ਆਏ ਹਾਂ, ਸਾਡੇ ਖੱਬੀ ਸਾਈਡ ਤੇ ਮੈਂ ਤੁਹਾਨੂੰ ਦਿਖਾਉਂਦਾ ਇਹ ਜਾਤਲਾ ਹੈ ਠੀਕ ਹੈ ਯਾਰ, ਇਹ ਇਲਾਕੇ ਖੂਬਸੂਰਤ ਬੜੇ ਨੇ। ਹੁਣ ਅੱਗੇ ਜਿਸ ਜਾਂਦੇ ਪਏ ਜਿਸ ਤਰ੍ਹਾਂ ਆਹਿਸਤਾ ਆਹਿਸਤਾ ਖੂਬਸੂਰਤ ਹੀ ਇਲਾਕੇ ਹੁੰਦੇ ਜਾਂਦੇ ਪਏ। ਇਸ ਵਕਤ ਅਸੀਂ ਜਿਹੜਾ ਹੈ ਨਾ ਮੀਰਪੁਰ ਤੇ ਕੋਈ ਨਾ ਗਏ, ਕਿਉਂਕਿ ਆਖਿਆ ਕਿ ਵਾਪਸੀ ਦੇ ਉੱਤੇ ਜਿਹੜਾ ਹੈ ਨਾ ਮੀਰਪੁਰ ਦੇ ਵਿੱਚ ਸਹੀ ਡਿਟੇਲ ਜਿਹੜਾ ਹੈ ਨਾ ਫਿਰ ਤੁਰ ਕੇ ਸਹੀ ਇੰਜੋਏ ਕਰਾਂਗੇ, ਇਹਨੂੰ ਐਕਸਪਲੋਰ ਕਰਾਂਗੇ। ਅਤੇ ਅਸੀਂ ਹੁਣ ਪਾਣੀ ਪੀਣ ਵਾਸਤੇ ਖਲੋਤੇ, ਉਹ ਗਰਮੀ ਬਹੁਤ ਜ਼ਿਆਦਾ ਆ, ਅਹਿਮਦ ਜਿਹੜਾ ਹੈ ਨਾ ਹੁਣ ਆਰਡਰ ਦੇ ਕੇ ਆਉਣ ਲੱਗਿਆ। ਅਤੇ ਇਸ ਵਕਤ ਅਸੀਂ ਡੈਮ ਦੇ ਬਿਲਕੁਲ ਨਾਲ ਹੀ ਖਲੋਤੇ ਹਾਂ, ਤੁਹਾਨੂੰ ਵੀ ਦਿਖਾਉਂਦੇ ਚੱਲਦੇ ਹਾਂ ਜਿਹੜਾ ਸ਼ੂਗਰ ਮੇਲਾ ਹੋਇਆ।